ਫਿਲਮ ਧੜਕ ਦੀ ਸਕਸੈਸ ਪ੍ਰੈਸ ਕਾਨਫਰੰਸ ਦੇਖਣ ਨੂੰ ਮਿਲੀ। ਇਸ ਫਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਹੋਸਟ ਦੇ ਤੌਰ ਤੇ ਸਾਰਿਆਂ ਨੂੰ ਇੰਟਰੋਡਿਊਸ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਤੇ ਕਰਨ ਜੌਹਰ ਨੇ ਕਿਹਾ ਕਿ ਪਹਿਲਾਂ ਉਹ ਸਹਿਰਾਤ ਦਾ ਰੀਮੇਕ ਬਣਾਉਣ ਦੇ ਲਈ ਤਿਆਰ ਨਹੀਂ ਸਨ, ਪਰ ਫਿਰ ਸੁਸ਼ਾਂਤ ਦੇ ਕਹਿਣ ਤੇ ਉਹਨਾਂ ਨੇ ਇਸ ਫਿਲਮ ਦਾ ਰੀਮੇਕ ਬਣਾਇਆ। ਬਾਲੀਵੁੱਡ ਦੀ ਆਉਣ ਵਾਲੀ ਫਿਲਮ ਸਤਰੀ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਮੌਕੇ ਟ੍ਰੇਲਰ ਲਾਂਚ ਤੇ ਫਿਲਮ ਦੇ ਸਿਤਾਰੇ ਪੰਕਜ ਤ੍ਰਿਪਾਠੀ, ਰਾਜਕੁਮਾਰ ਰਾਓ, ਸ਼ਰਧਾ ਕਪੂਰ ਆਦਿ ਨਜ਼ਰ ਆਏ। ਟ੍ਰੇਲਰ ਲਾਂਚ ਤੋਂ ਪਹਿਲਾਂ ਪੰਕਜ ਤ੍ਰਿਪਾਠੀ ਇੱਕ ਪਰਫਾਰਮੈਂਸ ਦਿੰਦੇ ਹੋਏ ਨਜ਼ਰ ਆਏ। ਫਿਲਮ ਕਾਰਵਾਂ ਦੀ ਮੁੰਬਈ ਦੇ ਵਿੱਚ ਪ੍ਰੀ ਰਿਲੀਜ਼ ਪਾਰਟੀ ਦੇਖਣ ਨੂੰ ਮਿਲੀ। ਇਸ ਮੌਕੇ ਫਿਲਮ ਦੀ ਸਟਾਰ ਕਾਸਟ ਅਤੇ ਕਰੀਬੀ ਦੋਸਤ ਨਜ਼ਰ ਆਏ। ਹਾਲ ਹੀ ਦੇ ਵਿੱਚ ਆਪਣੀ ਫਿਲਮ ਰਾਜ਼ੀ ਦੇ ਜ਼ਰੀਏ ਸਾਰਿਆਂ ਦਾ ਮਨੋਰੰਜਨ ਕਰਨ ਵਾਲੀ ਫਿਲਮ ਡਾਇਰੈਕਟਰ ਮੇਘਨਾ ਗੁਲਜ਼ਾਰ ਨਜ਼ਰ ਆਈ ਦਿਨੇਸ਼ ਰਹੀਜ਼ਾ ਦੀ ਕਿਤਾਬ ਲਾਂਚ ਦੇ ਮੌਕੇ ਤੇ। ਮੇਘਨਾ ਗੁਲਜ਼ਾਰ ਦੀ ਮੌਜੂਦਗੀ ਦੇ ਵਿੱਚ ਦਿਨੇਸ਼ ਰਹੀਜ਼ਾ ਨੇ ਆਪਣੀ ਕਿਤਾਬ ਨੂੰ ਲਾਂਚ ਕੀਤਾ। ਅਨਿਲ ਕਪੂਰ ਦੀ ਫੈਮਿਲੀ ਨੂੰ ਜਦ ਵੀ ਮੌਕਾ ਮਿਲਦਾ ਹੈ ਤਾਂ ਉਹ ਸਾਰੇ ਇਕੱਠੇ ਹੋ ਜਾਂਦੇ ਹਨ। ਇਸੇ ਦੇ ਵਿੱਚ ਅਨਿਲ ਕਪੂਰ ਨੇ ਆਪਣੇ ਘਰ ਦੇ ਵਿੱਚ ਇੱਕ ਡਿਨਰ ਦਾ ਆਯੋਜਨ ਕੀਤਾ, ਜਿਸ ਮੌਕੇ ਸਾਰਾ ਕਪੂਰ ਖਾਨਦਾਨ ਇਕੱਠਾ ਹੋਇਆ। ਪ੍ਰੋਡਿਊਸਰ ਦਿਨੇਸ਼ ਵਿਜਾਨ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ। ਵੈਲ, ਦਿਨੇਸ਼ ਵਿਜਾਨ ਦੇ ਨਾਲ ਨਾਲ ਐਕਟ੍ਰੈਸ ਕ੍ਰਿਤੀ ਸੈਨਨ ਨੇ ਵੀ ਆਪਣਾ ਜਨਮ ਦਿਨ ਮਨਾਇਆ। ਜੀ ਹਾਂ, ਮੁੰਬਈ ਦੇ ਵਿੱਚ ਦੋਨਾਂ ਨੇ ਆਪਣਾ ਜਨਮ ਦਿਨ ਮਨਾਇਆ, ਜਿਸ ਨੂੰ ਅਟੈਂਡ ਕਰਨ ਦੇ ਲਈ ਪੂਰਾ ਬੀ ਟਾਊਨ ਪਹੁੰਚਿਆ ਹੋਇਆ ਸੀ। ਇਸ ਮੌਕੇ ਤੇ ਵਰੁਣ ਧਵਨ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਦੇ ਨਾਲ ਪਹੁੰਚੇ। ਡਾਇਰੈਕਟਰ ਅਨੁਭਵ ਸਿਨਹਾ ਦੀ ਫਿਲਮ ਮੁਲਕ ਹੁਣ ਜਲਦ ਹੀ ਰਿਲੀਜ਼ ਹੋਣ ਵਾਲੀ ਹੈ ਤੇ ਇਸ ਮੌਕੇ ਤੇ ਫਿਲਮ ਦੇ ਐਕਟਰ ਤਾਪਸੀ ਪੰਨੂ, ਪ੍ਰਤੀਕ ਬੱਬਰ, ਖੁਦ ਅਨੁਭਵ ਸਿਨਹਾ ਨੇ ਮੀਡੀਆ ਦੇ ਨਾਲ ਗੱਲਾਂ ਕਰਦੇ ਹੋਏ ਦੱਸਿਆ ਕਿ ਉਹ ਇਸ ਫਿਲਮ ਨੂੰ ਲੈ ਕੇ ਬਹੁਤ ਐਕਸਾਈਟਿਡ ਹਨ। ਇਸ ਮੌਕੇ ਤੇ ਉਹਨਾਂ ਨੇ ਫਿਲਮ ਦੇ ਟ੍ਰੇਲਰ ਦੇ ਬਾਰੇ ਵਿੱਚ ਗੱਲਾਂ ਕੀਤੀਆਂ। ਅਭਿਨੇਤਾ ਕਮਲ ਹਸਨ ਆਪਣੀ ਫਿਲਮ ਵਿਸ਼ਵਰੂਪਮ 2 ਨੂੰ ਪ੍ਰਮੋਟ ਕਰਨ ਦੇ ਲਈ ਪਹੁੰਚੇ ਟੀਵੀ ਸ਼ੋਅ ਇੰਡੀਆਜ਼ ਬੈਸਟ ਡਰਾਮੇਬਾਜ ਦੇ ਸੈੱਟ ਤੇ, ਜਿੱਥੇ ਉਹਨਾਂ ਨੇ ਵਿਵੇਕ ਓਬਰਾਏ ਦੇ ਨਾਲ ਇੱਕ ਸਪੈਸ਼ਲ ਐਪੀਸੋਡ ਸ਼ੂਟ ਕੀਤਾ। ਕੌਸ਼ਲ ਟੰਡਨ ਦੀ ਵੈਬ ਸੀਰੀਜ਼ ਜਲਦ ਹੀ ਔਨ ਏਅਰ ਹੋਣ ਵਾਲੀ ਹੈ। ਇਸ ਮੌਕੇ ਤੇ ਉਹ ਬਹੁਤ ਹੀ ਐਕਸਾਈਟਿਡ ਨਜ਼ਰ ਆਏ। ਉਹਨਾਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇਸ ਵੈਬ ਸੀਰੀਜ਼ ਨੂੰ ਲੈ ਕੇ ਕਾਫੀ ਐਕਸਾਈਟਿਡ ਹਨ। ਹੰਗਾਮਾ ਜਲਦ ਹੀ ਆਪਣੀ ਵੈਬ ਸੀਰੀਜ਼ ਲੈ ਕੇ ਆ ਰਿਹਾ ਹੈ, ਜਿਸ ਦੀ ਸਪੈਸ਼ਲ ਸਕਰੀਨਿੰਗ ਦੇਖਣ ਨੂੰ ਮਿਲੀ ਮੁੰਬਈ ਦੇ ਜ਼ੀ ਪ੍ਰੀਵਿਊ ਥੀਏਟਰ ਦੇ ਵਿੱਚ। ਇਸ ਵੈਬ ਸੀਰੀਜ਼ ਦੀ ਸਟਾਰ ਕਾਸਟ ਦੇ ਵਿੱਚ ਸ਼ਾਮਿਲ ਹਨ ਉਜਵਲ ਚੋਪੜਾ, ਰਾਜੇਸ਼ ਬਲਵਾਨੀ, ਯਾਗਨਿਕੀ ਚੌਕ, ਪ੍ਰਨੋਦ ਸਿਨਹਾ ਅਤੇ ਰਾਮ ਮੈਨਨ।